ਇਹਨਾਂ ਚੀਜ਼ਾਂ ਦੇ ਪੈਸੇ ਦੇਣੇ ਪੈਣਗੇ ਹੋਰ ਤੇਰੀ ਭੂਆ ਦੇ ਮੁੰਡੇ ਵਨ ਬੋਟਲ ਵਾਟਰ $10 ਮੇਰੇ ਗੱਲ ਸਾਰੀਆਂ ਦੇ ਸਮਝ ਗਿਆ ਵਨ ਵਨ ਵਾਟਰ ਬੋਟਲ ਵਨ ਆਈ ਸੈਡ $10 $10 ਮੈਂ ਅੰਗਰੇਜ਼ੀ ਦੀ ਬੋਤਲ ਮੰਗ ਲਈ ਇੱਥੋਂ ਸਾਡੇ ਵਾਲੇ ਤੇ 500-600 ਬਣ ਗਏ ਯਾਰ ਸਾਡੀ ਸਾਈਡ ਤੇ 1200 ਬਣ ਗਿਆ ਸਿੱਧਾ ਮੈਂ ਕਹਿੰਦਾ ਖਾਲੀ ਬੋਤਲਾਂ ਕਿਤੇ ਨਲਕੇ ਤੋਂ ਨਾ ਭਰ ਲਈਏ ਮਜਬੂਰੀ ਏ ਉਹਨੂੰ ਪਤਾ ਰਾਹ ਚੋਂ ਕੁਛ ਨੀ ਲੱਭਣਾ ਇਹ ਚੀਜ਼ਾਂ ਲੈਣੀਆਂ ਪੈਣੀਆਂ ਨੇ ਔਰ ਰਾਹ ਰਹਿ ਕਿਤਨਾ ਗਿਆ ਬੜੇ ਜੰਗਲ ਟੱਪਣੇ ਪੈਣੇ ਨੇ ਬੜੇ ਮੁਲਕ ਟੱਪਣੇ ਪੈਣੇ ਨੇ ਫਿਰ ਜਾ ਕੇ ਅਮਰੀਕਾ ਆਉਣਾ ਅੰਨੀ ਦਿਆ ਕਿਉਂ ਭਾਜੀ ਜੀ ਭਾਜੀ ਯਾਰ ਆ ਬੂਟ ਲੈਣੇ ਜ਼ਰੂਰੀ ਨੇ ਬਿਲਕੁਲ ਜ਼ਰੂਰੀ ਨੇ ਕਿਉਂਕਿ ਜਿਹੜੇ ਜੰਗਲਾਂ ਚ ਆਪਾਂ ਲੰਘਣਾ ਨਾ ਉੱਥੇ ਸੱਪ ਲੜ ਜਾਂਦਾ ਹੁੰਦਾ ਅੱਜ ਮੈਨੂੰ ਗੁੱਸਾ ਆਉਣ ਡਿਆ ਉਸ ਡੰਕਰ ਤੇ ਜਿੰਨੇ ਤੇਰੀਆਂ ਐਨਕਾਂ ਖੋਈਆਂ ਨੇ ਅਮਰੀਕਾ ਜਾ ਕੇ ਪਹਿਲੇ ਤੈਨੂੰ ਐਨਕ ਲੈ ਕੇ ਦੇਣੀ ਬਾਅਦ ਚ ਬੌਂਡ ਭਰਨਾ ਯਾਰ ਮੈਂ ਨਾ ਥੋੜਾ ਥੋੜਾ ਸਮਾਨ ਲੈਣ ਵਾਲੀ ਕਿੰਨਾ ਖਾ ਲਾਂਗੇ ਕਿਤੇ ਰਾਹ ਚ ਸਹੀ ਗੱਲ ਬੂਟ ਬੂਟ ਵਾਟ ਸਾਈਜ਼ ਮੀਡੀਅਮ ਪਜਾਮਾ ਲੈਣ ਲੱਗਾ ਨੰਬਰ 10 10 ਨੰਬਰ 10 10 10 9 7 7 8 9 10 ਜਾਣਾ ਪੁੱਤ ਆ ਜਾ ਰੱਖ ਲੈ ਵਿੱਚ ਰਾਤ ਖਾਵਾਂਗੇ ਆਪਾਂ ਠੀਕ ਹੈ ਨਹੀਂ ਮੈਂ ਹੁਣ ਖਾਣਾ ਪੁੱਤ ਰਾਤ ਖਾਵਾਂਗੇ ਰਾਤ ਵਾਲੀ ਕੁੜੀ ਨੇ ਆਪਣੇ ਨਾਲ ਨਹੀਂ ਜਾਣਾ ਦਿਸਦੀ ਨਹੀਂ ਪਈ ਕਿਤੇ ਅੰਦਰ ਵੀ ਨਹੀਂ ਸੀ ਬਾਜੀ ਤੇ ਕੋਨੀ ਹੈ ਚਲੋ ਕੋਈ ਗੱਲ ਨੀ ਅਮਰੀਕਾ ਕਿਹੜਾ ਨੇੜੇ ਪਹੁੰਚਦਾ ਬਾਜੀ ਦੇ ਵਾਲ ਇੱਥੋਂ ਤੱਕ ਆ ਜਾਣੇ ਨੇ ਨਾ ਕਰੋ ਯਾਰ ਉਹ ਪਤਾ ਨਹੀਂ ਕਿਹੜੇ ਹਾਲਾਤਾਂ ਚ ਆਈਏ ਚਲੋ 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 ਚਲੋ